ਜਿੱਥੇ ਇੱਕ ਪਾਸੇ 22 ਜਨਵਰੀ ਨੂੰ ਹੋਣ ਜਾ ਰਹੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ, ਉੱਥੇ ਹੀ ਗਿੱਦੜਬਾਹੇ ਦੇ ਮੁਸਲਿਮ ਭਾਈਚਾਰੇ ਨੇ ਇੱਕ ਵੱਖਰੀ ਹੀ ਮਿਸਾਲ ਕਾਇਮ ਕਰ ਦਿੱਤੀ ਹੈ। ਏਕਤਾ ਦੀ ਇਹ ਮਿਸਾਲ ਹੈ ਕਿਉਂਕਿ ਮੁਸਲਿਮ ਭਾਈਚਾਰੇ ਨੇ ਲੱਡੂਆਂ ਦਾ ਲੰਗਰ ਵਰਤਾਇਆ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਾਲ ਹੀ ਉਹਨਾਂ ਨੇ ਅਵਲ ਅੱਲਾ ਨੂਰ ਉਪਾਇਆ ਦਾ ਵੱਡਾ ਸੰਦੇਸ਼ ਵੀ ਜਗਤ ਨੂੰ ਦਿੱਤਾ ਤੇ ਕਿਹਾ ਕਿ ਇਹ ਸਮਾਂ ਹੈ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਖੁਸ਼ੀਆਂ ਮਨਾਉਣ। ਹਰੇਕ ਸ਼ਰਧਾਲੂ ਦਾ ਆਪਣਾ ਆਪਣਾ ਢੰਗ ਹੁੰਦਾ ਆਪਣੀ ਆਸਥਾ ਨੂੰ ਜ਼ਾਹਰ ਕਰਨ ਦਾ। ਤਾਂ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਮੁਸਲਿਮ ਭਾਈਚਾਰੇ ਨੇ ਜਿਨ੍ਹਾਂ ਨੇ ਇਹ ਲੰਗਰ ਲਗਾਇਆ, ਇਹਨਾਂ ਨੂੰ ਮਸਜਿਦ ਦੀ ਜਿਹੜੀ ਜਗ੍ਹਾ ਗਿੱਦੜਬਾਹੇ ਦੇ ਵਿੱਚ ਉਹ ਇੱਕ ਬ੍ਰਾਹਮਣ ਦੇ ਵੱਲੋਂ ਦਿੱਤੀ ਗਈ ਸੀ ਤੇ ਇਹ ਸੰਦੇਸ਼ ਵੀ ਦਿੱਤਾ ਗਿਆ ਸੀ ਕਿ ਏਕਤਾ ਦੇ ਨਾਲ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣਾ ਚਾਹੀਦਾ ਕਿਉਂਕਿ ਹਰੇਕ ਧਰਮ ਹੀ ਸ਼ਾਂਤੀ ਅਤੇ ਪਿਆਰ ਦਾ ਪਾਠ ਸਿਖਾਉਂਦਾ। ਸੋ ਉਸਨੂੰ ਅੱਗੇ ਤੋਰਦੇ ਹੋਏ ਮੁਸਲਿਮ ਭਾਈਚਾਰੇ ਨੇ ਇਹੀ ਸੰਦੇਸ਼ ਦਿੱਤਾ ਅਤੇ ਰਾਮ ਮੰਦਿਰ ਨੂੰ ਲੈ ਕੇ ਇੱਕ ਵੱਖਰੀ ਹੀ ਕਿਸਮ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੁਹੰਮਦ ਸਲੀਮ ਖਾਨ ਰਾਮ ਮੰਦਿਰ ਦੀ ਸਭ ਤੋਂ ਪਹਿਲਾਂ ਇਹੀ ਮੈਂ ਸਭ ਨੂੰ ਕਹਿਣਾ ਵੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਗ ਉਪਜੇ ਕੌਣ ਭਲੇ ਕੋ ਮੰਦੇ। ਮਾਲਕ ਨੇ ਸਾਰਿਆਂ ਨੂੰ ਆਪਾਂ ਨੂੰ ਇੱਕ ਬਣਾਇਆ, ਜਾਤਾਂ ਪਾਤਾਂ ਤਾਂ ਅਲੱਗ ਇੱਕ ਇਨਸਾਨ ਦੇ ਗਰੁੱਪ ਬਣਾਏ, ਉਸ ਮਾਲਕ ਦੇ ਬੰਦੇ, ਇਹੀ ਮੈਂ ਕਹਿਣਾ ਚਾਹੂੰਗਾ। ਹਾਂਜੀ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਇੱਕ ਅੱਜ ਉੱਥੇ ਆਪਣੇ ਸ਼੍ਰੀ ਰਾਮ ਚੰਦਰ ਜੀ ਦੇ ਸਥਾਪਨਾ ਹੋ ਰਹੀ ਹੈ ਮੰਦਿਰ ਦੀ, ਬੜੀ ਖੁਸ਼ੀ ਦੀ ਗੱਲ ਹੈ। ਇੰਨੇ ਚਿਰ ਤੋਂ ਉਹ ਚੱਲਦਾ ਇੱਕ ਮਸਲਾ ਜਿਹੜਾ ਉਹ ਆ ਰਿਹਾ ਸੀ ਉਹ ਸੁਲਝ ਗਿਆ, ਅਮਨ ਅਤੇ ਸਕੂਨ ਨਾਲ ਸੁਲਝ ਗਿਆ। ਅਤੇ ਇਹ ਇੱਕ ਦੂਜੇ ਦੇ ਭਾਈਚਾਰ ਦੀ ਮੌਕਾ, ਇੱਕ ਦੂਸਰੇ ਨੂੰ ਭਾਈਚਾਰਾ ਪਿਆਰ ਵਧਾਉਣ ਦਾ। ਜਿਵੇਂ ਇੱਥੇ ਵੀ ਸਾਡੇ ਕੋਲ ਇੱਕ ਮਸਜਿਦ ਸੀਗੀ, ਉਹ 70 ਸਾਲ ਤੋਂ ਮਤਲਬ ਪੰਡਿਤ ਜੀ ਸ਼ਰਮਾ ਜੀ ਰਹਿ ਰਹੇ ਸੀ, ਉਹ ਵੀ ਬੜੀ ਪਿਆਰ ਨਾਲ ਅਤੇ ਮੁਹੱਬਤ ਨਾਲ, ਦੇਖੋ ਅੱਜ ਉਹ ਸਾਡੇ ਕੋਲ ਹੈ, ਉਹ ਆਪਦੇ ਘਰ ਆਰਾਮ ਨਾਲ ਸਕੂਨ ਨਾਲ ਅਸੀਂ ਰਲ ਮਿਲ ਕੇ ਉੱਥੇ ਰਹਿ ਰਹੇ ਹਾਂ, ਉਹਨਾਂ ਕੋਲ ਆਪਦਾ ਘਰ ਹੈ, ਸਾਡੇ ਕੋਲ ਉਹ ਮਸਜਿਦ ਹੈ, ਉਹਨਾਂ ਨੇ ਉਹ ਸਾਨੂੰ ਸੌਂਪੀ, ਇੰਨਾ ਚਿਰ ਉਹ ਸੰਭਾਲ ਕੇ ਰੱਖੀ, ਇਹ ਉਹਨਾਂ ਦਾ ਬੜਪਨ ਹੈ। ਅੱਜ ਉਹ ਪਿਆਰ ਮੁਹੱਬਤ ਕੰਮ ਆ ਰਿਹਾ ਜੀ ਆਪਣਾ ਭਾਈਚਾਰੇ ਦਾ, ਕਿਸ ਤਰ੍ਹਾਂ ਖੁਸ਼ੀ ਹੋ ਰਹੀ ਹੈ, ਬੜੀ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ। ਇਹ ਮੈਂ ਪੂਰੇ ਆਪਣੇ ਦੇਸ਼ ਵਾਸੀਆਂ ਨੂੰ ਇਹ ਮੈਂ ਕਹੂੰਗਾ ਵੀ ਆਪਾਂ ਇੱਕਜੁੱਟ ਹੋ ਕੇ ਹਰ ਧਰਮ ਉਸ ਚੀਜ਼ ਤੋਂ ਦੂਰ ਉੱਠ ਕੇ, ਧਰਮ ਤੋਂ ਪਾਸੇ ਹੋ ਕੇ, ਇੱਕ ਟਾਈਮ ਜਿਸ ਦਿਨ ਉਹ ਹਵਨ ਪੂਜਾ ਹੋਵੇ ਆਪਾਂ ਸਿਰਫ ਮਾਲਕ ਅੱਗੇ ਅਰਦਾਸ ਕਰੀਏ, ਦੁਆ ਕਰੀਏ ਵੀ ਇਹ ਮਾਲਕ ਸਾਡੇ ਦੇਸ਼ 'ਚ ਪੂਰੇ 'ਚ ਅਮਨ ਸਕੂਨ ਰਹੇ, ਇਹ ਜਾਤ ਪਾਤ ਦੇ ਚੱਕਰ ਸਾਰੇ ਝਗੜੇ ਖਤਮ ਕਰ ਦੇ। ਹਾਂਜੀ ਸਰ, ਕੀ ਨਾਮ ਹੈ? ਮੇਰਾ ਨਾਮ ਸਵਰਨ ਸਿੰਘ ਢੱਲਾ, ਮੰਡਲ ਪ੍ਰਧਾਨ BJP ਗਿੱਦੜਬਾਹਾ। ਮੈਂ ਅੱਜ ਅਸੀਂ ਮੁਸਲਿਮ ਭਾਈਚਾਰੇ ਨੂੰ ਨਾਲ ਲੈ ਕੇ ਅੱਜ ਅਸੀਂ ਘਰ ਘਰ ਭਗਵਾਨ ਰਾਮ ਦੇ ਨਿਉਤਾ ਦੇ ਕੇ ਆਏ ਹਾਂ ਔਰ ਬੜੀ ਸਭ ਨੂੰ ਬਹੁਤ ਖੁਸ਼ੀ ਹੋਈ ਹੈ ਵੀ 22 ਤਰੀਕ ਨੂੰ ਜਿਹੜੀ ਪ੍ਰਾਣ ਪ੍ਰਤਿਸ਼ਠਾ ਹੋ ਰਹੀ ਹੈ, ਭਗਵਾਨ ਰਾਮ ਆਪਦੇ ਘਰ ਵਿੱਚ ਪਧਾਰ ਰਹੇ ਹਨ, ਉਹਦੇ ਵਿੱਚ ਉਹਦੇ ਬੇਸ 'ਤੇ ਅਸੀਂ ਸਾਰਿਆਂ ਨੂੰ ਇਹੀ ਕਹਿ ਰਹੇ ਵੀ ਸਾਰੇ ਰਲ ਮਿਲ ਕੇ ਉਸ ਦਿਨ ਘਰ ਵਿੱਚ ਪੂਜਾ ਪਾਠ ਅਰਦਾਸ ਕਰਨ, ਉਹ ਦੇਸ਼ ਦੀ ਸੁੱਖ ਸ਼ਾਂਤੀ ਖੁਸ਼ਹਾਲੀ ਵਾਸਤੇ ਅਸੀਂ ਸਾਰੇ ਇਕੱਠੇ ਅਰਦਾਸ ਕਰਾਂਗੇ ਔਰ ਮੁਸਲਿਮ ਭਾਈਚਾਰੇ ਦੇ ਨਾਲ ਅਸੀਂ ਅੱਜ ਸਾਰਾ ਅਸੀਂ ਘਰ ਘਰ ਡੋਰ ਟੂ ਡੋਰ ਜਾ ਕੇ ਆਏ ਹਾਂ। ਸਾਨੂੰ ਇਹਨਾਂ ਦਾ ਬਹੁਤ ਸਹਿਯੋਗ ਮਿਲਿਆ ਹੈ ਔਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ
ਔਰ ਅਸੀਂ ਹੁਣ ਸਰਕਾਰ ਦੇ ਵੀ ਅਸੀਂ ਧੰਨਵਾਦ ਕਰਦੇ ਹਾਂ ਜੇ ਮੋਦੀ ਸਰਕਾਰ ਨੇ ਉੱਥੇ ਅਯੋਧਿਆ ਵਿੱਚ ਭਗਵਾਨ ਰਾਮ ਦਾ ਮੰਦਰ ਤਿਆਰ ਕੀਤਾ ਔਰ ਅਸੀਂ ਸਾਰੇ ਇਸ ਤੋਂ ਬਾਅਦ ਚੜ੍ਹ ਕੇ ਹਿੱਸਾ ਲਵਾਂਗੇ। ਮੁਸਲਿਮ ਭਾਈਚਾਰੇ ਨੂੰ ਕਿਵੇਂ ਦੇਖਦੇ ਹੋ ਉਹਨਾਂ ਨੇ ਮੰਦਰ ਦੇ ਵਿੱਚ ਹਾਂ ਦਾ ਨਾਰਾ ਮਾਰਿਆ? ਮੁਸਲਿਮ ਭਾਈਚਾਰੇ ਆਪਦਾ ਜਾਤ ਪਾਤ ਉੱਤੇ ਉੱਪਰ ਉੱਠ ਕੇ ਉਹਨਾਂ ਨੇ ਸਾਥ ਦਿੱਤਾ ਔਰ ਮੰਦਰ ਬਣਨ ਦੀ ਖੁਸ਼ੀ ਵਿੱਚ ਵੀ ਉਹਨਾਂ ਨੇ ਘਰ ਘਰ ਲੱਡੂ ਵੀ ਵੰਡੇ ਆ। ਕਿਸ ਤਰ੍ਹਾਂ ਲੱਗ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਵਧੀਆ ਲੱਗ ਰਿਹਾ ਕਿ ਮੁਸਲਿਮ ਭਾਈਚਾਰੇ ਨਾਲ ਰਲ ਕੇ ਜਿਹੜਾ ਕੰਮ ਕਰ ਰਹੇ ਆ ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਉਹਨਾਂ ਨੇ ਮਨਾਈ ਹੈ। ਉਹ ਕਹਿੰਦੇ ਬਹੁਤ ਵਧੀਆ ਹੋ ਰਿਹਾ ਔਰ ਪੂਰੇ ਦੇਸ਼ ਦੇ ਵਿੱਚ ਸਾਰੇ ਧਰਮ ਇੱਕ ਹੋ ਕੇ ਔਰ ਦੇਸ਼ ਦੀ ਖੁਸ਼ਹਾਲੀ ਵਾਸਤੇ ਕੰਮ ਕਰਨਗੇ।